ਕਪਤਾਨ ਮਨਜਿੰਦਰ ਸਿੰਘ ਸਿਰਸਾ ਅੱਜ ਕੱਲ ਸੋਸ਼ਲ ਮੀਡੀਆ ਤੇ ਲੋੜਵੰਦਾਂ ਦੀ ਮਦਦ, ਭੁੱਖਿਆਂ ਨੂੰ ਲੰਗਰ ਛਕਾਉਣ ਦੀ ਆਪਣੀ ਫੇਹਰਿਸਤ ਗਿਣਵਾ, ਆਪਣੀ ਵਾਹੋਵਾਹੀ ਕਰਨ ਚ ਮਸ਼ਰੂਫ ਹਨ। ਦਿੱਲੀ ਕਾ ਕੋਈ ਬਸ਼ਿੰਦਾ ਭੁੱਖਾ ਨਹੀਂ ਚਾਹੀਏ, ਦਿੱਲੀ ਕੇ ਲੋਕ ਬੜੇ ਦਿਲ ਵਾਲੇ ਹੈ। ਆਪ ਯੇ ਮਾਨੀਏ ਕਿ ਗੁਰਦੁਆਰੇ ਕਾ ਲੰਗਰ ਕੋ ਹਮਾਰੇ ਘਰ ਨਹੀਂ ਚੱਲ ਰਹਾ, ਹਮ ਤੋ ਸੇਵਾਦਾਰ ਹੈ, ਗੈਰ ਸਿੱਖ ਪਰਿਵਾਰ, ਹਿੰਦੂ ਪਰਿਵਾਰ, ਹਮੇ ਇਤਨਾ ਬੜੀ ਰਸਦ ਦੇ ਰਹੇ ਹੈ। ਜਬ ਕੋ ਕਿਸ ਕਾ ਫੋਨ ਆ ਰਿਹਾ ਜੀ, ਮੇਰੇ ਸੇ ਇੱਕ ਟਰੱਕ ਚਾਵਲ ਕਾ ਲੈ ਜੋ, ਇੱਕ ਟਰੱਕ ਚੀਨੀ ਕਾ ਲੈ ਜੋ, ਇੱਕ ਇੱਕ ਆਦਮੀ ਕਾ ਫੋਨ ਆਇਆ ਜੀ ਮੈਂ ਛੋਟੀ ਸੀ ਬੇਟਾ ਦੇਣਾ ਚਾਹਤਾ ਹੂੰ, ਭੇਜੋ ਜੀ 50 ਲੱਖ ਕਾ ਚੈੱਕ ਭੇਜ ਦਿਆ। ਤੋ ਦਿੱਲੀ ਕੇ ਲੋਕੋ ਕਾ ਦਿਲ ਬਹੁਤ ਬੜਾ, ਦਿੱਲੀ ਕੇ ਲੋਕ ਇਹ ਚਾਹਤੇ ਹੈ ਕਿ ਕੋਈ ਭੁੱਖਾ ਨਾ ਸੋਏ, ਔਰ ਉਸਕੇ ਲੀਏ ਯੇ ਆਪ ਹਮਾਰਾ ਸਾਰਾ ਇੰਤਜ਼ਾਮ ਦੇਖ ਰਹੇ ਹੈ ਵੀ 5%। ਪਰ ਕਮੇਟੀ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦੇ ਸਟਾਫ ਦੇ ਚੁੱਲ੍ਹੇ ਠੰਡੇ ਪੈਣ ਲੱਗੇ ਹਨ। ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਉੱਪਰੋਂ ਲੋਕਡਾਊਨ, ਘਰਾਂ ਵਿੱਚ ਬੰਦ ਮੁਲਾਜ਼ਮ ਕਮੇਟੀ ਨੂੰ ਦੁਹਾਈ ਪਾ ਰਹੇ ਹਨ ਕਿ ਉਹਨਾਂ ਦੀ ਪਿਛਲੇ ਮਹੀਨਿਆਂ ਦੀ ਰੁਕੀ ਸੈਲਰੀ ਜਾਰੀ ਕੀਤੀ ਜਾਵੇ, ਉਹ ਮੁਸ਼ਕਿਲ ਦੇ ਦੌਰ ਵਿੱਚ ਹਨ, ਉਹਨਾਂ ਨੂੰ ਆਪਣੇ ਘਰ ਚਲਾਉਣੇ ਔਖੇ ਹੋ ਰਹੇ ਹਨ। And offering 10% salary is not the solution for the staff. Kindly credit our salary for the month of Feb and March at the earliest. This is the request on the behalf of the staff, GHPS Hemkund Colony. I hope you will credit the salary at the earliest. DSGMC adheen chalde vidyak adaryan da staff hun social media upar live ho ke committee pradhan nu salary den de vaste pa reha hai. Ta is darmiyan shromani akali dal Delhi valon DSGMC pradhan de kam karan de taur tareekiyan te sawal chuke gaye han. Sikh News Express naal khaas galbaat dauran unna da kehna hai ke Sirsa sahab guru de langar da sehra apne sir lain upar pura din social media te swai prachar vich mashroof han, par skoolan di halat tarsyog hai. Ajahe vich oh DSGMC adheen chalde sare ਸਕੂਲਾਂ ਦੀ ਜ਼ਿੰਮੇਵਾਰੀ ਖੁਦ ਚੁੱਕਣ ਨੂੰ ਤਿਆਰ ਹਨ। ਇਹਨਾਂ ਕੋਲ ਤੇ ਪਿਛਲੇ ਸਾਲਾਂ ਦੇ ਸਕੂਲਾਂ ਦੀਆਂ ਫੀਸਾਂ ਦੇਣ ਨਹੀਂ ਹੋ ਰਹੀਆਂ, ਹੁਣ ਬਿਲਕੁਲ ਬਹੁਤ ਬੁਰੀ ਹਾਲਤ ਤੇ ਪਹੁੰਚ ਚੁੱਕੀਆਂ, ਔਰ ਪ੍ਰਬੰਧ ਇਹਨਾਂ ਦੇ ਬਿਲਕੁਲ ਨਾਇਲ ਸਾਬਤ ਹੋ ਰਹੇ ਹਨ। ਅਗਰ ਸਾਡੇ ਵਾਲੇ ਪ੍ਰਬੰਧ ਕਰਨ ਵਾਸਤੇ ਦੇ ਦੇਣਗੇ ਸਕੂਲ, ਤੇ ਅਸੀਂ ਚਲਾ ਦਿਆਂਗੇ ਸਕੂਲ ਇਹਨਾਂ ਦੇ ਫਸਟ ਕਲਾਸ। ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈਗੀ, ਮੇਰੇ ਪੱਲੇ ਇਮਾਨਦਾਰੀ ਹੈ, ਦਿਆਨਦਾਰੀ ਹੈ, ਤੇ ਇਹਨਾਂ ਸਕੂਲਾਂ ਦੇ ਟੀਚਰ ਵਾਸਤੇ ਔਰ ਬੱਚਿਆਂ ਵਾਸਤੇ ਗੱਲ ਹੈਗੀ। ਇਹ ਜਦ ਮੈਂ ਪ੍ਰਧਾਨ ਬਣਿਆ ਸੀ ਤਾਂ ਵੀ ਸਕੂਲਾਂ ਦੀ ਬਹੁਤ ਹੀ ਹਾਲਤ ਚੰਗੀ ਨਹੀਂ ਸੀ, ਪਰ ਦਿੱਲੀ ਕਮੇਟੀ ਕੋਲ ਪੈਸਾ ਬਹੁਤ ਸੀ ਤੇ ਉਹ ਇਹਨਾਂ ਸਕੂਲਾਂ ਨੂੰ ਫੰਡ ਕਰਦੀ ਸੀ, ਜਿਹੜਾ ਅਸੀਂ ਫਿਰ 2002 ਤੋਂ ਆਉਣ ਤੋਂ ਬਾਅਦ ਇਹ ਬੰਦ ਕਰਤੇ ਸਨ ਵੀ ਪਬਲਿਕ ਸਕੂਲਾਂ ਵਿੱਚ ਕੋਈ ਦਿੱਲੀ ਕਮੇਟੀ ਦਾ ਪੈਸਾ ਨਹੀਂ ਲੱਗੇਗਾ। ਇਹ ਸੈਲਫ ਸਫੀਸ਼ੀਐਂਟ ਹੋਣੇ ਚਾਹੀਦੇ ਨੇ, ਔਰ ਸੈਲਫ ਸਫੀਸ਼ੀਐਂਟ ਕਰਾ ਕੇ ਕਰਕੇ ਕਰੋੜਾਂ ਰੁਪਏ ਜਮ੍ਹਾਂ ਕਰਾ ਕੇ ਗਏ ਸਾਂ। ਅੱਜ ਤੇ ਇਹਨਾਂ ਕੋਲ ਤਨਖਾਹਾਂ ਨਹੀਂ ਹੈਗੀਆਂ, ਸਾਡੇ ਵਕਤ 3 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਸਨ ਉਹ ਸਕੂਲਾਂ 'ਚ ਹੁੰਦੀਆਂ ਸਨ, ਕਰੰਟ ਅਕਾਊਂਟ 'ਚ ਪਏ ਹੁੰਦੇ ਸਨ ਤੇ ਬਾਕੀ ਆਪਦੀ ਅਸੀਂ ਕਰਾਉਂਦੇ ਸਾਂ। ਵੀ ਅਗਰ ਕਿਸੇ ਮਹੀਨੇ ਨਹੀਂ ਵੀ ਫੀਸ ਪੂਰੀ ਆਏ ਤੇ ਟੀਚਰ ਨੂੰ ਤਨਖਾਹ ਜਿਹੜੀ ਟਾਈਮ ਸਿਰ ਚਲੀ ਜਾਏ, ਪੁੱਛੋ ਇਹਨਾਂ ਕੋਲੋਂ ਇਸ ਸਕੂਲ ਨੂੰ ਛੱਡ ਕੇ ਬਾਕੀ ਸਭ ਸਕੂਲਾਂ ਨੂੰ ਟਾਈਮ ਸਿਰ 40 ਤਰੀਕ ਤੱਕ ਤਨਖਾਹਾਂ ਮਿਲ ਜਾਂਦੀਆਂ ਸਨ। ਹੁਣ ਤੁਸੀਂ ਅਗਰ ਪੁੱਛੋਗੇ ਤੁਸੀਂ ਕੀ ਕਰੋਗੇ, ਇਹ ਤਾਂ ਮੈਨੇਜਮੈਂਟ ਦੀ ਗੱਲ ਹੈਗੀ, ਇਹ ਮੈਨੇਜਮੈਂਟ ਕਹਿ ਨਹੀਂ ਦੱਸੇ ਅਸੀਂ ਕੀ ਕਰਾਂਗਾ ਤੇ ਕੀ ਨਹੀਂ ਕਰਾਂਗੇ। ਸਾਡੇ ਹਵਾਲੇ ਕਰੋ, ਅਸੀਂ ਤੁਹਾਨੂੰ ਠੀਕ ਕਰਕੇ ਦੱਸ ਦਿਆਂਗੇ, ਅੱਗੇ ਵੀ ਕੀਤਾ ਹੁਣ ਵੀ ਕਰਾਂਗੇ। ਉਧਰ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖ ਨਿਊਜ਼ ਐਕਸਪ੍ਰੈਸ ਨਾਲ ਖਾਸ ਗੱਲਬਾਤ ਦੌਰਾਨ ਸਿੱਧਾ ਮਨਜਿੰਦਰ ਸਿੰਘ ਸਿਰਸਾ ਨੂੰ ਘੇਰਿਆ ਹੈ। ਮੈਂ ਸਮਝਦਾ ਕਿ ਜਿੱਥੇ ਕਮੇਟੀ ਵੱਧ ਚੜ ਕੇ ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਤੇ ਅਖਬਾਰਾਂ 'ਚ ਪੈਸੇ ਦੇ ਕੇ ਸਟੋਰੀਆਂ ਲਗਵਾ ਰਹੀ ਹੈ ਕਿ ਅਸੀਂ ਬੜਾ ਅੱਛਾ ਕੰਮ ਕਰ ਰਹੇ ਹਾਂ, ਪਰ ਅੰਗਰੇਜ਼ੀ ਦੀ ਕਹਾਵਤ ਹੈ ਚੈਰਿਟੀ ਬਿਗਨਸ ਐਟ ਹੋਮ। ਤੁਹਾਡੇ ਟੀਚਰਾਂ ਦੀਆਂ ਤਨਖਾਹਾਂ ਤੇ ਬਹੁਤ ਚਿਰ ਤੋਂ ਪੈਂਡਿੰਗ ਨੇ, ਕਿਸੇ ਸਕੂਲ 'ਚ 5 ਮਹੀਨੇ ਦੀ, ਕਿਸੇ 'ਚ 4 ਮਹੀਨੇ ਦੀ, ਕਿਸੇ 'ਚ 2 ਮਹੀਨੇ ਦੀ। ਦਿੱਲੀ ਗੁਰਦੁਆਰਾ ਕਮੇਟੀ ਦੀ ਤਨਖਾਹ ਕਦੀ ਵੀ ਪੈਂਡਿੰਗ ਨਹੀਂ ਹੋਈ ਸੀ। ਇਸ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਦੀ ਜਿਹੜੀ 1 ਅਪ੍ਰੈਲ ਨੂੰ ਤਨਖਾਹ ਮਿਲਣੀ ਚਾਹੀਦੀ ਸੀ ਉਹ ਵੀ ਨਹੀਂ ਦਿੱਤੀ ਗਈ, ਤੇ ਜਿਹੜੀ ਉਸ ਤੋਂ ਪਿਛਲੇ ਮਹੀਨੇ ਦੀ ਸੀਗੀ ਤਨਖਾਹ ਉਹ ਜਿਹੜੀ ਹੈ ਉਹ ਵੀ ਲੇਟ ਦਿੱਤੀ ਗਈ ਹੈ, ਉਹ ਹੁਣ ਹੀ ਦਿੱਤੀ ਗਈ ਹੈ। ਮੈਂ ਸਮਝਦਾ ਵਾਂ ਕਿ ਇਹਨਾਂ ਨੇ ਬੜਾ ਸ਼ੋਰ ਪਾਇਆ ਸੀ 19 ਦਸੰਬਰ ਦੇ ਵਿੱਚ, ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਿਹਾ ਸੀਗਾ ਮਨਜੀਤ ਸਿੰਘ ਜੀਕੇ ਚਲੇ ਗਿਆ, ਬੜੀ ਕਰਪਸ਼ਨ ਹੁੰਦੀ ਸੀ, ਮੈਂ ਪਹਿਲੇ ਮਹੀਨੇ 'ਚ 2 ਕਰੋੜ ਰੁਪਏ ਦੀ FD ਕਰਾਤੀ, ਜੇ ਮੈਂ ਦਸੰਬਰ ਤੋਂ ਹੁਣ ਗਿਣ ਲਵਾਂ 15-16 ਮਹੀਨੇ ਬਣਦੇ ਨੇ, 32 ਕਰੋੜ ਰੁਪਇਆ ਤੇ ਇਹਨਾਂ ਕੋਲੋਂ ਜਮ੍ਹਾਂ ਹੋਣਾ ਚਾਹੀਦਾ, 2 ਕਰੋੜ ਜਿਹੜਾ ਬਚਾਉਂਦੇ ਸੀ ਮਹੀਨੇ ਦਾ। ਇਹਨਾਂ ਨੇ ਸੋਨਾ ਤੇ ਪੈਸੇ ਇਕੱਠੇ ਕੀਤੇ ਨਕਲੀ ਨਗਰ ਕੀਰਤਨ, ਜਿਹੜਾ ਇਹਨਾਂ ਕੋਲ ਪਰਮਿਸ਼ਨ ਨਹੀਂ ਸੀਗੀ, ਉਹ ਪੈਸੇ ਜਿਹੜੇ ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਹਿਸਾਬ ਦੇ, ਉਹਦਾ ਹਿਸਾਬ ਦਿੱਤਾ ਨਹੀਂ। ਜਿਹੜਾ ਬਾਬਾ ਬਚਨ ਸਿੰਘ ਹੋਰਾਂ ਨੂੰ ਸੋਨਾ ਤੇ ਚਾਂਦੀ ਦਿੱਤਾ ਉਹ ਦਿੱਤਾ, ਜਿਹੜਾ 2015-16 ਮੇਰੇ ਵਕਤ ਦਾ ਅੰਤਰ ਗੁਰਦੁਆਰੇ 'ਚ ਪਿਆ ਸੀ, ਜਿਹੜਾ ਲੇਟੈਸਟ ਸੀਗਾ ਉਹ ਦਿੱਤਾ ਨਹੀਂ। 30-32 ਕਰੋੜ ਉਹ 18-20 ਕਰੋੜ ਰੁਪਇਆ ਇਹ ਜਿਹੜਾ ਨਗਰ ਕੀਰਤਨ ਦੇ ਨਾਂ ਤੇ ਇਕੱਠਾ ਹੋਇਆ, ਇਹਨਾਂ ਕੋਲ 50 ਕਰੋੜ ਰੁਪਇਆ ਹੋਣਾ ਚਾਹੀਦਾ ਸੀਗਾ। ਇਹਨਾਂ ਨੂੰ ਚਾਹੀਦਾ ਟੀਚਰਾਂ ਨੂੰ ਤਨਖਾਹਾਂ ਦੇਣ। ਇਸ ਵੇਲੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਮੈਡੀਕਲ ਪ੍ਰੋਬਲਮਸ ਨੇ,
ਉਹਨਾਂ ਦੇ ਕਿਰਾਏ ਦੇਣ ਵਾਲੇ ਨੇ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਜੇ ਕੋਈ ਪ੍ਰੋਫੈਸ਼ਨਲ ਡਿਗਰੀ ਵਾਸਤੇ ਪੜ੍ਹਦਾ ਪਿਆ, ਇਹ ਸਾਰੀਆਂ ਪ੍ਰੋਬਲਮਸ ਨੇ ਤੁਹਾਡੇ ਕੋਲ। ਪਹਿਲੇ ਬਾਹਰ ਵਾਹਵਾ ਲੈਣ ਵਾਸਤੇ ਜਾਣ ਤੋਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡੇ ਕੋਲ ਤੇ ਪੈਸਾ ਹੋਣਾ ਚਾਹੀਦਾ, ਲੇਕਿਨ ਜਾਂ ਤੁਸੀਂ ਉਦੋਂ ਝੂਠ ਬੋਲਿਆ ਸੀਗਾ ਔਰ ਜਾਂ ਤੁਹਾਡੇ ਕੋਲ ਪੈਸਾ ਤੇ ਤੁਸੀਂ ਉਹ ਪੈਸਾ ਕਿਉਂ ਨਹੀਂ ਦੇ ਰਹੇ ਟੀਚਰਾਂ ਨੂੰ, ਮੇਰਾ ਇਹ ਕਹਿਣਾ। ਮੈਨੂੰ ਨਹੀਂ ਪਤਾ ਇਹਦਾ ਜਵਾਬ ਤੇ ਦਿੱਲੀ ਅਕਾਲੀ ਦਲ ਸਰਦਾਰ ਸਾਹਿਬ ਹੀ ਦੇਣਗੇ, ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਨਾ ਮੈਨੂੰ ਪਤਾ ਕੀ ਪਲਾਨ ਹੈ ਉਹਨਾਂ ਦਾ। ਉਹ ਖਾਲੀ ਗੱਲ ਦੇ ਨਾਲ ਨਹੀਂ ਟੇਕਓਵਰ ਹੋਏਗਾ, ਉਹਦੇ ਲਈ ਪਲਾਨ ਚਾਹੀਦਾ ਕਿ ਕਿਵੇਂ ਸਕੂਲ ਚੱਲਣਗੇ, ਕਿਵੇਂ ਇਹਦਾ ਬੈਕਲੌਗ ਜਿਹੜਾ ਉਸਨੂੰ ਅਸੀਂ ਐਡਰੈਸ। ਇਹਨਾਂ ਨੂੰ ਸਭ ਤੋਂ ਪਹਿਲੇ ਟੀਚਰਸ ਨੂੰ ਜਿਹੜੀ ਉਹਨਾਂ ਦੀ ਬਣਦੀ ਤਨਖਾਹ ਉਹ ਦਿੱਤੀ ਜਾਏ, ਏਰੀਅਸ ਦੀ ਗੱਲ ਛੋੜ ਦੀ ਹੈ, ਸਿਕਸ ਪੇ ਕਮਿਸ਼ਨ ਦੀ ਗੱਲ ਛੋੜ ਦੀ ਹੈ, ਹਲੇ ਜਿਹੜੇ ਰਿਟਾਇਰ ਹੋ ਗਏ ਨੇ ਉਹਨਾਂ ਤੋਂ ਇੱਕ ਇੱਕ ਸਾਲ ਹੋ ਗਿਆ ਰਿਟਾਇਰ ਹੋ, ਉਸ ਤੋਂ ਵੱਧ ਹੋ ਗਿਆ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ। ਮੈਂ ਇਹ ਸਮਝਦਾ ਕਿ ਸਭ ਤੋਂ ਪਹਿਲੇ ਤਨਖਾਹਾਂ ਐਡਰੈਸ ਕਰਨੀਆਂ ਚਾਹੀਦਾ ਗੁਰਦੁਆਰਾ ਕਮੇਟੀ ਨੂੰ। ਇਸ ਵੇਲੇ ਤੇ ਗੁਰਦੁਆਰਾ ਕਮੇਟੀ ਦੀਆਂ ਤਨਖਾਹਾਂ ਵੀ ਲੇਟ ਹੋਣੀਆਂ ਸ਼ੁਰੂ ਹੋ ਗਈਆਂ ਟੀਚਰਾਂ ਦੀ ਗੱਲ ਹੀ ਛੋੜ। DSGMC ਅਧੀਨ ਚੱਲਦੇ ਵਿਦਿਅਕ ਅਦਾਰਿਆਂ ਵਿੱਚ ਸਟਾਫ ਨੂੰ ਤਨਖਾਹਾਂ ਦਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ। ਸਰ, ਮੇਰਾ ਨਾਮ ਤਜਿੰਦਰ ਕੌਰ ਹੈ, ਮੈਂ ਇੰਡੀਆ ਗੇਟ ਬ੍ਰਾਂਚ ਵਿੱਚ ਪੜ੍ਹਾਉਂਦੀ ਹਾਂ ਔਰ ਮੈਂ ਮਿਊਜ਼ਿਕ ਟੀਚਰ ਹਾਂ ਉੱਥੇ। ਸਰ, ਜਨਵਰੀ ਸਾਨੂੰ 85% ਸੈਲਰੀ ਮਿਲੀ ਹੈ, 15% ਸਾਨੂੰ ਜਨਵਰੀ ਦੀ ਪੈਂਡਿੰਗ ਹੈ, ਪਲੱਸ ਫੈਬ ਐਂਡ ਮਾਰਚ, ਔਰ ਮਤਲਬ ਜਨਵਰੀ ਦੇ ਵਿੱਚ ਸਾਨੂੰ ਦੋ ਕਿਸ਼ਤਾਂ ਚ ਮਿਲੀ ਹੈ ਸੈਲਰੀ। ਜਨਵਰੀ ਦੀ ਸੈਲਰੀ ਵੀ ਸਾਨੂੰ ਦੋ ਇੰਸਟਾਲਮੈਂਟ ਦੇ ਵਿੱਚ ਮਿਲੀ ਹੈ, ਇਹ ਹੁਣ ਪਹਿਲੇ ਸਾਨੂੰ 50% ਮਿਲੀ, ਉਸ ਤੋਂ ਬਾਅਦ ਜਿਹੜੀ 35% ਮਿਲੀ ਹੈ ਹੁਣੀ ਥੋੜੇ ਦਿਨ ਪਹਿਲੇ ਮਿਲੀ ਹੈ, ਹਫਤਾ 10 ਦਿਨ ਪਹਿਲੇ, ਔਰ ਹਜੇ ਵੀ 15% ਜਨਵਰੀ ਦੀ ਸਾਡੀ ਪੈਂਡਿੰਗ ਹੈ। ਸਰ, ਇਸ਼ੂ ਇਸ ਤਰ੍ਹਾਂ ਹੈ ਨਾ ਕਿ ਸਾਰੀ ਜਗ੍ਹਾ ਤੇ ਦਿੱਕਤ ਹੀ ਹੈ ਨਾ, ਅਸੀਂ ਸਕੂਲ ਚ ਕਾਫੀ ਰਿਕੁਐਸਟ ਕਰ ਚੁੱਕੇ ਹਾਂ, ਪ੍ਰਿੰਸੀਪਲ ਮੈਮ ਨੂੰ ਅਸੀਂ ਬਹੁਤ ਵਾਰ ਰਿਕੁਐਸਟ ਕੀਤੀ, ਈਵਨ ਮੈਨੇਜਰ ਨੇ ਸਾਡੇ ਮਿਸਟਰ ਭੁੱਲਰ, ਉਹਨਾਂ ਨੂੰ ਅਸੀਂ 2-3 ਵਾਰੀ ਉਹਨਾਂ ਨੂੰ ਬੁਲਾਇਆ ਵੀ ਆਪਣੇ ਸਾਹਮਣੇ, ਉਹ ਕਹਿੰਦੇ ਨੇ ਜੀ ਫੀਸ ਨਹੀਂ ਆ ਰਹੀ ਸਕੂਲਾਂ ਦੀ, ਸਾਡਾ ਸਕੂਲ ਸਿਰਫ ਫੀਸ ਤੇ ਡਿਪੈਂਡੈਂਟ ਹੈਗਾ, ਵੀ ਫੀਸ ਨਹੀਂ ਆ ਰਹੀ, ਫੀਸ ਆਏਗੀ ਬੱਚਿਆਂ ਦੀ ਤੇ ਤੁਹਾਨੂੰ ਸੈਲਰੀਜ਼ ਮਿਲਣਗੀਆਂ। ਤੇ ਮਤਲਬ ਅਸੀਂ ਪਿਛਲੇ 2-3 ਸਾਲਾਂ ਤੋਂ ਇਹਨਾਂ ਗੱਲਾਂ ਨਾਲ ਸਫ਼ਰ ਕਰ ਰਹੇ ਹਾਂ, ਹਰ ਮਹੀਨੇ ਸਾਡੀ ਸੈਲਰੀ ਮਤਲਬ 2-2 ਮਹੀਨੇ, 1.5-1.5 ਮਹੀਨਾ ਮਤਲਬ ਪੈਂਡਿੰਗ ਹੀ ਚੱਲਦੀ, 2 ਸੈਲਰੀਆਂ ਤਾਂ ਸਾਡੀਆਂ ਪੈਂਡਿੰਗ ਚੱਲਦੀਆਂ ਹੀ ਹੈ। ਸਰ, ਅਸੀਂ ਬਹੁਤ ਵਾਰੀ ਮੈਮ ਨੂੰ ਵੀ ਕਿਹਾ ਹੈ, ਜੋ ਸਾਡੇ ਪਹਿਲੇ ਵੀ ਪ੍ਰਿੰਸੀਪਲ ਸੀ, ਉਹ ਸਾਨੂੰ ਇਹੋ ਹਰ ਵਾਰ ਸਾਨੂੰ ਇੰਨਾ ਜਾਂ ਆਸ਼ਵਾਸਨ ਜਿਹਾ ਦੇ ਦਿੰਦੇ ਨੇ ਕਿ ਜੇ ਅਸੀਂ ਅੱਗੇ ਗੱਲ ਕਰਾਂਗੇ ਅਸੀਂ ਉਹਨਾਂ ਨਾਲ ਹੈਲਪ ਮੰਗਾਂਗੇ, ਜਾਂ ਕੁਝ ਹੈਗੀ ਹੈ, ਪੈਸੇ ਦੀ ਦਿੱਕਤ ਹੈ, ਫੰਡਸ ਨਹੀਂ ਹੈ ਸਕੂਲ, ਉਹ ਹਮੇਸ਼ਾ ਸਾਨੂੰ ਇੱਕੋ ਜਵਾਬ ਮਿਲਦਾ ਸੁਣਨ ਚ ਕਿ ਸਕੂਲ ਚ ਫੰਡਸ ਨਹੀਂ ਹੈ। ਸਕੂਲ ਚ ਫੰਡਸ ਕਿਸ ਤਰ੍ਹਾਂ ਨਹੀਂ ਹੈ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਫੀਸ ਤੇ ਹਰ ਬੱਚਾ ਦੇ ਰਿਹਾ ਨਾ, ਅਗਰ ਤੁਹਾਡਾ ਸਕੂਲ ਫੀਸ ਤੇ ਡਿਪੈਂਡੈਂਟ ਹੈ, ਫੀਸ ਤੇ ਹਰ ਮਹੀਨੇ, ਹੁਣ ਦੇਖੋ ਸਰ ਲੋਕਡਾਊਨ ਤੇ ਹੁਣ ਹੋਇਆ ਨਾ, ਫੈਬ ਮਾਰਚ ਦੀ ਫੀਸ ਤੇ ਆਈ ਹੋਏਗੀ ਨਾ ਸਕੂਲਾਂ ਦੇ ਵਿੱਚ, ਉਹਦੇ ਬਾਅਦ ਵੀ ਸਾਨੂੰ ਜਨਵਰੀ ਦੀ 85% ਮਿਲ ਰਹੀ ਹੈ, ਉਹ 15% ਨਹੀਂ ਮਿਲ ਰਹੀ ਜੋ ਸਿੰਗਲ ਹੈਂਡ ਲੇਡੀ, ਬਹੁਤ ਸਾਰੇ ਟੀਚਰ ਹੈ ਸਰ, ਮੈਂ ਕਾਫੀ ਜਣੇ ਤੁਹਾਨੂੰ ਨੰਬਰ ਦੇ ਸਕਦੀ ਹਾਂ, ਜੋ ਬਿਲਕੁਲ ਸਿੰਗਲ ਲੇਡੀ ਹੈ, ਜਾਂ ਕੋਈ ਮੇਲ ਮੈਂਬਰ ਵੀ ਪ੍ਰੋਪਰ ਕਈ ਵਾਰ ਘਰ ਚ ਸਿੰਗਲ ਹੀ ਹੁੰਦੇ ਨੇ, ਜਿਹੜੇ ਕਮਾਉਣ ਵਾਲੇ ਹੁੰਦੇ ਨੇ, ਤੁਸੀਂ ਖੁਦ ਸੋਚੋ ਕਿਸ ਤਰ੍ਹਾਂ ਗੁਜ਼ਾਰਾ ਚੱਲੇਗਾ। ਅਸੀਂ ਕਿਸ ਤਰ੍ਹਾਂ, ਸਾਨੂੰ ਲੋਕੀ ਕਹਿੰਦੇ ਨੇ ਜੀ ਰਾਸ਼ਨ ਲੈ ਲਓ, ਅਸੀਂ ਰਾਸ਼ਨ ਦੀ ਗੱਲ ਕਿਉਂ ਕਰੀਏ, ਅਸੀਂ ਆਪਣੇ ਕੀਤੇ ਹੋਏ ਕੰਮ ਦੇ ਪੈਸੇ ਮੰਗ ਰਹੇ ਹਾਂ ਸਰ। ਇਹਦੇ ਪਿੱਛੇ ਸਰ ਰੀਜ਼ਨ ਤੇ 2-3 ਹੈਗੇ ਨੇ, ਜਿਹੜਾ ਕਰੰਟ ਰੀਜ਼ਨ ਚੱਲ ਰਿਹਾ ਉਹ ਇਹ ਹੈਗਾ ਕਿ ਲੋਕਡਾਊਨ ਚੱਲ ਰਿਹਾ ਤੇ ਉੱਥੇ ਆਫਿਸ ਦੇ ਅੰਦਰ ਹਜੇ ਕੋਈ ਕੰਮ ਨਹੀਂ ਹੋ ਰਿਹਾ, ਉਹਨਾਂ ਦਾ ਫਿਲਹਾਲ ਇਹ ਕਹਿਣਾ ਸੀਗਾ ਵੀ ਚਲੋ ਜਦੋਂ ਆਫਿਸ ਖੁੱਲਣਗੇ ਤੇ ਉਹ ਸੈਲਰੀ ਵਗੈਰਾ ਪਾਉਣਗੇ, ਅਦਰਵਾਈਜ਼ ਵੀ ਸਕੂਲਾਂ ਕੋਲ ਫੰਡਸ ਨਹੀਂ ਹੈਗੇ, ਉਹ ਹੁਣ ਫੰਡਸ ਕਿੱਦਾਂ ਨਹੀਂ ਹੈਗੇ, ਕੀ ਗੱਲ ਕਿੱਥੇ ਜਾਂਦੇ ਨੇ ਪੈਸੇ, ਉਹਦੀ ਤੇ ਹੁਣ ਉਹੀ ਕਰ ਸਕਦੇ ਨੇ, ਅਗਰ ਉਹਨਾਂ ਦੀ ਕੋਈ ਆਡਿਟ ਕਰਾਈ ਜਾਵੇ ਜਾਂ ਕੁਛ ਹੋਵੇ ਤੇ ਉਹ ਦੱਸਣਗੇ ਕਿ ਉਹ ਫੰਡਸ ਕਿੱਥੇ ਜਾਂਦੇ ਨੇ, ਫੀਸਾਂ ਆਉਣੀਆਂ ਕਿੱਥੇ ਜਾਂਦੀਆਂ ਨੇ, ਫੀਸਾਂ ਆਉਣੀਆਂ ਐਡਵਾਂਸ ਨੇ, ਸੈਲਰੀ ਇੱਕ ਮਹੀਨਾ ਲੇਟ ਮਿਲਦੀ ਹੈ, ਉਹ ਵੀ 2-2-3-3 ਮਹੀਨੇ ਦੀ ਪੈਂਡਿੰਗ ਚੱਲ ਰਹੀ ਹੈ, ਤੇ ਇਹਦਾ ਰੀਜ਼ਨ ਹੁਣ ਕਮੇਟੀ ਮੈਂਬਰ ਹੀ ਦੇ ਸਕਦੇ ਨੇ ਜਾਂ ਮੈਨੇਜਮੈਂਟ ਦੇ ਸਕਦੀ ਹੈਗੀ ਕਿੱਦਾਂ ਜਾ ਰਹੀ ਹੈਗੀ ਹੈ। ਅਗਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਬੱਚਾ ਐਡਮਿਟ ਕਰਾਉਂਦੇ ਹਾਂ ਤੇ ਅਸੀਂ ਫੀਸ ਐਡਵਾਂਸ ਦਿੰਦੇ ਹਾਂ ਉਸ ਮਹੀਨੇ ਦੀ, ਟੀਚਰਸ ਨੂੰ ਸੈਲਰੀ ਜਿਹੜੀ ਦਿੰਦੇ ਹੈਗੇ ਉਹ ਮਹੀਨਾ ਪੂਰੇ ਹੋਣ ਤੋਂ ਬਾਅਦ ਦਿੰਦੇ ਹਾਂ, ਉਹ ਵੀ 9-10 ਤਰੀਕ ਤੱਕ, ਉਸ ਤੋਂ ਬਾਅਦ ਕਿ ਦੂਸਰੇ ਮਹੀਨੇ ਦੀ ਵੀ ਥੋੜ੍ਹੀ ਬਹੁਤ ਫੀਸ ਆਈ ਹੋਈ ਹੁੰਦੀ ਹੈ, ਕੋਈ 1, 2, 3, 4, 5 ਘਰ ਦੇ ਘਰ 7-10 ਤੱਕ ਕਾਫੀ ਸਾਰੀ ਫੀਸਾਂ ਆ ਜਾਂਦੀਆਂ ਨੇ, ਅਪਰੋਕਸੀਮੇਟਲੀ 1.5-2 ਮਹੀਨੇ ਫੀਸਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਅਸੀਂ 1 ਮਹੀਨੇ ਸੈਲਰੀ ਦਿੰਦੇ ਹਾਂ। ਮੇਨ ਰੀਜ਼ਨ ਇਹੀ ਬਣਿਆ ਕਿ ਜਦੋਂ ਇਹਨਾਂ ਨੇ ਸੈਂਟਰਲਾਈਜ਼ ਕੀਤੇ ਸੀਗੇ ਤੇ 2-3 ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਕੋਲ ਫੰਡ ਸੀਗੇ, ਇਹਨਾਂ ਨੇ ਉਹ ਸਾਰੇ ਫੰਡਸ ਕਰੋੜਾਂ ਰੁਪਏ ਅੰਦਰ ਲਏ ਨੇ, ਜਿੱਦਾਂ ਬਸੰਤ ਵਿਹਾਰ ਹੋ ਗਿਆ, ਇੰਡੀਆ ਗੇਟ ਹੋ ਗਿਆ, ਲੋਨੀ ਰੋਡ ਹੋ ਗਿਆ, ਤੇ ਇਹਨਾਂ ਦੇ ਵਿੱਚ ਇਹ ਸਾਰੇ ਸੈਂਟਰਲਾਈਜ਼ ਉਹਨਾਂ ਨੇ ਕਰ ਲਏ ਸੀਗੇ, ਅਕਾਊਂਟ ਦੇ ਅੰਦਰ ਪੈਸੇ ਪਾ ਲਏ, ਸਾਰੇ ਸਕੂਲਾਂ ਕੋਲੋਂ ਪੈਸੇ ਲੈ ਲਏ, ਤੇ ਜਦੋਂ ਕੇਸ ਪੈ ਗਿਆ ਕੋਰਟ ਦੇ ਆਰਡਰਸ ਹੋ ਗਏ ਡੀਸੈਂਟਰਲਾਈਜ਼ ਹੋਣ ਦੇ, ਤੇ ਡੀਸੈਂਟਰਲਾਈਜ਼ ਕਰਨ ਵਾਸਤੇ ਇਹਨਾਂ ਨੇ ਮੈਨੇਜਮੈਂਟ ਨੂੰ ਕਹਿ ਦਿੱਤਾ ਵੀ ਆਪਣੀ ਮੈਨੇਜਮੈਂਟ ਨੂੰ ਕਿ ਤੁਸੀਂ ਅਪ੍ਰੈਲ ਦੇ ਉੱਤੋਂ ਤੁਸੀਂ ਆਪਣਾ ਖਰਚਾ ਚੱਕੋਗੇ, ਸਾਰੇ ਸਕੂਲ ਆਪਣੇ ਹੋ ਗਏ, ਬਟ ਜਿਹੜਾ ਸਕੂਲਾਂ ਕੋਲੋਂ 9-9 ਕਰੋੜ, 10-10 ਕਰੋੜ, 11-12 ਕਰੋੜ ਵੀ ਲਿਆ ਹੋਇਆ ਹੈ, ਉਹਨਾਂ ਨੂੰ ਰੁਪਈਆ 1 ਨੇ ਦਿੱਤਾ, ਉਸਦੀ ਬਜਾਏ ਕਿ 2 ਮਹੀਨਿਆਂ ਦੀ ਸੈਲਰੀ ਪੈਂਡਿੰਗ ਪੈ ਗਈ, ਜਦੋਂ ਕਿ ਡੀਸੈਂਟਰਲਾਈਜ਼ ਕੀਤਾ ਫੈਬਰੇਰੀ ਔਰ ਮਾਰਚ ਦੀ ਸੈਲਰੀ ਪੈਂਡਿੰਗ।
ਐਡਮਿਸ਼ਨਸ ਹੋਏ, ਐਡਮਿਸ਼ਨ ਚਾਰਜਿਸ ਆਏ, ਜਿਹੜਾ ਵੀ ਫੰਡਸ ਆਏ, ਉਹ ਸਕੂਲਾਂ ਨੇ ਆਪਣੀਆਂ ਪਿਛਲੀਆਂ 2 ਸੈਲਰੀਆਂ ਦੇ ਦਿੱਤੀਆਂ। ਜਿੱਦਾਂ ਹੀ ਡੀਸੈਂਟਰਲਾਈਜ਼ ਹੋਇਆ, ਮਤਲਬ ਕਿ 2 ਮਹੀਨਿਆਂ ਦਾ ਘਾਟਾ ਲੈ ਕੇ ਸਕੂਲਾਂ ਨੂੰ ਖੜਾ ਕਰ ਦਿੱਤਾ ਗਿਆ। ਔਰ ਜੋ ਸੈਂਟਰਲਾਈਜ਼ ਦੇ ਵੇਲੇ ਪੈਸੇ ਲਏ ਸੀਗੇ ਇਹਨਾਂ ਕੋਲੋਂ, ਉਹਨਾਂ ਪੈਸਾ 1 ਰੁਪਈਆ ਵੀ ਨਹੀਂ ਆਇਆ। ਜਿੱਦਾਂ ਅਪਰੋਕਸੀਮੇਟਲੀ ਇੰਡੀਆ ਗੇਟ ਹੋ ਗਿਆ, ਇਹਨਾਂ ਕੋਲੋਂ ਨੀਅਰ ਅਬਾਊਟ 10 ਲੱਖ ਤਾਂ ਹੈਗਾ ਸੀਗਾ, ਨੀਅਰ ਅਬਾਊਟ 10 ਲੱਖ ਰੁਪਏ ਇਹਨਾਂ ਨੇ ਸੈਂਟਰਲਾਈਜ਼ ਅਕਾਊਂਟ ਦੇ ਵਿੱਚ ਪਾਇਆ ਸੀਗਾ, 10 ਕਰੋੜ ਸੋਰੀ, ਉਹਨਾਂ ਦੇ ਵਿੱਚੋਂ ਇਹ ਆਇਆ ਨਹੀਂ ਪੈਸਾ ਵਾਪਿਸ। ਇਸ ਵੇਲੇ ਜਦੋਂ ਮੁਲਕ ਲਾਕਡਾਊਨ ਦੇ ਦੌਰ ਚੋਂ ਲੰਘ ਰਿਹਾ ਹੈ ਤਾਂ ਬਿਨਾਂ ਤਨਖਾਹਾਂ ਸਟਾਫ ਨੂੰ ਕਿਸ ਹੱਦ ਤੱਕ ਦੀ ਦਿੱਕਤ ਆ ਰਹੀ ਹੋਵੇਗੀ ਕਿ ਸਿਰਸਾ ਸਾਹਿਬ ਇਸ ਤੋਂ ਅਣਜਾਣ ਹਨ। ਸੋਸ਼ਲ ਮੀਡੀਆ ਤੇ ਮਸ਼ਰੂਫ ਰਹਿਣ ਵਾਲੇ DSGMC ਪ੍ਰਧਾਨ, ਹੁਣ ਵੇਖਣਾ ਹੋਵੇਗਾ ਕਿ ਇਸ ਬਾਰੇ ਕੁਝ ਅਮਲ ਕਰਦੇ ਹਨ ਜਾਂ ਨਹੀਂ, ਪਰ ਇਹ ਸਟਾਫ ਬਹੁਤ ਪਰੇਸ਼ਾਨ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ, ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।